ਗੁਰਜੀਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਦਸਾਂ ਗੁਰੂਆਂ ਦੀ ਜਿਉਂਦੀ ਜਾਗਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਸ ਵਿੱਚ ਸਾਡੇ ਗੁਰਾਂ ਨੇ ਸਾਨੂੰ ਪੂਰੇ ਸੰਸਾਰ ਦਾ ਅਥਾਹ ਗਿਆਨ ਪਿਰੋ ਕੇ ਸਾਡੇ ਹਵਾਲੇ ਕੀਤਾ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਹਨਾਂ ਵਿੱਚ ਹਰ ਉਹ ਸ਼ੈ ਦਰਜ ਹੈ ਜੋ ਸਾਨੂੰ ਹਰ ਰਾਹ ਵਿਖਾਉਂਦੀ ਹੈ ਤੇ ਗੁਰਾਹੇ ਪਿਆ ਹੋਇਆਂ ਨੂੰ ਵੀ ਰਾਹ ਤੇ ਲੈ ਆਉਂਦੀ ਹੈ। ਹੋਰ ਤਾਂ ਹੋਰ, ਸਾਇੰਸ ਅੱਜ ਜਿਸ ਸਥਾਨ ਤੇ ਪਹੁੰਚੀ ਹੈ, ਸਾਡੇ ਗੁਰੂ ਸਦੀਆਂ ਪਹਿਲਾਂ ਉਸ ਥਾਂ ਤੇ ਪਹੁੰਚ ਗਏ ਸਨ ਜੋ ਚੀਜ਼ਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਦੀਆਂ ਪਹਿਲਾਂ ਦਰਜ ਕਰ ਦਿੱਤੀਆਂ ਗਈਆਂ ਸੀ। ਅੱਜ ਉਹਨਾਂ ਚੀਜ਼ਾਂ ਉੱਤੇ ਸਾਇੰਸ ਖੋਜ ਕਰ ਰਹੀ ਹੈ। ਅੱਜ ਉਹ ਚੀਜ਼ਾਂ ਸਾਇੰਸ ਨੇ ਲੱਭੀਆਂ ਨੇ। ਜਦੋਂ ਉਹਨਾਂ ਚੀਜ਼ਾਂ ਨੂੰ ਅਸੀਂ ਗੁਰਮਤਿ ਕਸੌਟੀ ਉੱਤੇ ਦੇਖਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਸਾਡੇ ਗੁਰੂ ਆਪ ਨਿਰੰਕਾਰ ਸਨ, ਜਿਨ੍ਹਾਂ ਨੇ ਸਾਰੀ ਦੁਨੀਆਂ ਨੂੰ ਇਸ ਸੇਧ ਦੇਣ ਵਾਸਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਿਰੋ ਦਿੱਤਾ। ਅਤੇ ਹਰ ਧਰਮ ਹਰ ਵਰਗ ਦੇ ਇਨਸਾਨ ਦਾ ਫਰਜ਼ ਬਣਦਾ ਹੈ ਕਿ ਜਿੱਥੋਂ ਵੀ ਸਾਡੇ ਦਸਾਂ ਗੁਰਾਂ ਦੀ ਜਿਉਂਦੀ ਜਾਗਦੀ ਜੋਤ ਲੰਘਦੀ ਹੈ, ਜਿੱਥੋਂ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੰਘਦੀ ਹੈ, ਉੱਥੇ ਸਿਰ ਝੁਕਾ ਕੇ ਦਿਲੋਂ ਨਮਨ ਜ਼ਰੂਰ ਕੀਤਾ ਜਾਵੇ। ਕਿਉਂਕਿ ਮੇਰੇ ਦਸਾਂ ਗੁਰਾਂ ਦੀ ਜੋਤ ਦੀ ਸਵਾਰੀ ਜਦੋਂ ਕਿਤੋਂ ਵੀ ਆਉਂਦੀ ਹੈ ਜਾਂ ਕਿਤੋਂ ਵੀ ਜਾਂਦੀ ਹੈ ਤਾਂ ਉਸ ਇਲਾਕੇ ਨੂੰ ਭਾਗ ਲੰਘਦੀ ਜਾਂਦੀ ਹੈ ਅਤੇ ਪੂਰਾ ਇਲਾਕਾ, ਪੂਰਾ ਮਾਹੌਲ ਰੂਹਾਨੀਅਤ ਵਾਲਾ ਹੋ ਜਾਂਦਾ ਹੈ। ਫਿਰ ਚਾਹੇ ਗੁਰਾਂ ਦੀ ਇਹ ਸਵਾਰੀ ਸਾਡੇ ਦੇਸ਼ ਦੇ ਫੌਜੀ ਜਵਾਨ ਕੱਢ ਰਹੇ ਹੋਣ ਜਾਂ ਮੇਰੇ ਗੁਰੂ ਦੀਆਂ ਲਾਡਲੀਆਂ ਫੌਜਾਂ, ਆਓ ਰਲ ਮਿਲ ਦਰਸ਼ਨ ਕਰੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਏ ਨੇ, ਆਓ ਰਲ ਮਿਲ ਦਰਸ਼ਨ ਕਰੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਏ ਨੇ, ਰਲ ਮਿਲ ਦਰਸ਼ਨ ਕਰੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਏ ਨੇ, ਦਰਸ਼ਨ ਲਗਾਈਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਏ ਗੁਰਪਿਆਰਿਓ। ਇਸ ਵੇਲੇ ਸਾਰੀ ਦੁਨੀਆ 'ਤੇ ਕੋਰੋਨਾ ਵਾਇਰਸ ਦਾ ਘਾਤਕ ਕਹਿਰ ਛਾਇਆ ਹੋਇਆ ਹੈ ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਹੁਣ ਅਸੀਂ ਪਰਮਾਤਮਾ ਅੱਗੇ ਦਿਲੋਂ ਅਰਦਾਸ ਕਰੀਏ ਕਿ ਇਸ ਵਿਪਤਾ ਦੀ ਕੜੀ ਤੋਂ ਜਲਦ ਤੋਂ ਜਲਦ ਪੂਰੀ ਦੀ ਪੂਰੀ ਮਨੁੱਖਤਾ ਨੂੰ ਛੁਟਕਾਰਾ ਮਿਲੇ, ਤਾਂ ਜੋ ਪੂਰੀ ਦੁਨੀਆ ਦੀ ਡਾਵਾਂਡੋਲ ਹੋਈ ਸਥਿਤੀ ਪਟੜੀ 'ਤੇ ਆ ਸਕੇ ਅਤੇ ਜੋ ਲੱਖਾਂ ਲੋਕ ਇਸ ਬਿਮਾਰੀ ਨਾਲ ਪ੍ਰਭਾਵਿਤ ਨੇ ਉਹ ਜਲਦ ਤੋਂ ਜਲਦ ਸਵਸਥ ਹੋਣ ਅਤੇ ਜੋ ਇਸ ਬਿਮਾਰੀ ਦੀ ਭੇਟ ਚੜ੍ਹ ਚੁੱਕੇ ਨੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸ਼ੇ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।